ਅਸਲਾਮੁਅਲੈਕਮ ਕੀ ਹਾਲੇ ਤੁਹਾਡਾ ਠੀਕ ਠਾਕ ਹੋ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਥਾਲ ਬਣਾ ਸਿਖਾਵਾਂਗਾ ਥਾਲ ਸਿੱਖਣ ਵਾਸਤੇ ਤੁਹਾਨੂੰ ਮੇਰੀ ਸਾਰੀ ਵੀਡੀਓ ਦੇਖਣੀ ਪਏਗੀ ਸਭ ਤੋਂ ਪਹਿਲੇ ਅਸੀਂ ਥਾਲ ਬਣਾਉਣ ਵਾਸਤੇ ਇੱਕ ਗੋਲ ਥਾਲ ਲਵਾਂਗੇ ਲਸਾਨੀ ਦਾ ਬਣਾਇਆ ਇਹਦੇ ਨਾਲ ਚਾਰ ਡੰਡੇ ਚਾਹੀਦੇ ਆਪਾਂ ਨੂੰ ਔਰ ਉਹਦੇ ਨਾਲ ਆਪਾਂ ਨੂੰ 1 ਕਿਲੋ ਗਨ ਚਾਹੀਦੀ ਹੈ ਔਰ ਉਹਦੇ ਨਾਲ ਐਵੈਲੂਏਟ ਦਾ ਜਿਹੜਾ ਕੱਪੜਾ ਹੈਗਾ ਇਹਨੂੰ ਗੁਲਾਈ ਦੇ ਨਾਲ ਬੜੇ ਸੋਹਣੇ ਤਰੀਕੇ ਨਾਲ ਆਰਾਮ ਨਾਲ ਦੇ ਨਾਲ ਲਗਾਣਾ ਹੈ ਇਹ ਕਪੜਾ ਲਾਣਨ ਥੋੜਾ ਜਿਹਾ ਔਖਾ ਹੈਗਾ ਜ ਜਦੋਂ ਤੁਸੀਂ ਲਾਉਂਗੇ ਜਿਹੜੀ ਗਨ ਨਹੀਂ ਗਿਆ ਗਰਮ ਗਰਮ ਇਹਦੇ ਚ ਫਿਲਿਕੋਨ ਨਿਕਲਦੀ ਹੈ ਗਿਆ ਇਹਦੇ ਹੱਥ ਵੀ ਜਲਦੇ ਨੇ ਮਗਰ ਤੁਸੀਂ ਇਹਨਾਂ ਥੋੜਾ ਜਿਹਾ ਸਬਰ ਕਰਨਾ ਤੁਹਾਨੂੰ ਪਤਾ ਹੀ ਹੈ ਚੰਗੀ ਚਾਹ ਬਣਾਉਣ ਵਾਸਤੇ ਸਬਰ ਕਰਨਾ ਪੈਂਦਾ ਹੈ ਇਹ ਦੇਖੋ ਜੀ ਸਾਡਾ ਇਹ ਕਪੜਾ ਲੱਗ ਗਿਆ ਸਾਰਾ ਬੜਾ ਸੋਹਣਾ ਲੱਗਿਆ ਮਾਸ਼ਾਅੱਲਾ ਹੁਣ ਉਸ ਤੋਂ ਬਾਅਦ ਚਾਹ ਡੰਡੇ ਲੈਣੇ ਨੇ ਤੁਸੀਂ ਚਾਹ ਡੰਡਿਆਂ ਦੇ ਜਿਹੜਾ ਸਾਈਜ਼ ਹੈਗਾ ਤੁਹਾਡਾ ਘੱਟ ਤੋਂ ਘੱਟ 6 ਇੰਚ ਦਾ ਹੋਣਾ ਚਾਹੀਦਾ ਹੈਗਾ ਹਾ ਤੋੜੀ ਦੀ ਮਦਦ ਨਾਲ ਤੁਹਾਨੂੰ ਇਹ ਕਿੱਲਾ ਵੀ ਲਾਨੀਆਂ ਪੈਣਗੀਆਂ ਥਾਲਾਂ ਦੀ ਸਾਈਡਾਂ ਤੇ ਇਹ ਛੋਟੇ-ਨਿੱਕੇ ਹੱਥ ਜਿਹੜੇ ਲਾਏ ਨੇ ਇਹ ਅਸੀਂ ਜਿਹੜੇ ਹੱਥ ਨੇ ਮਤਲਬ ਕਿ ਇਹ ਡੰਡੇ ਨੇ ਡੰਡਿਆਂ ਨੂੰ ਅਮਨੇ ਸਾਹਮਨੇ ਬਿਲਕੁਲ ਅਮਨੇ ਸਾਹਮਨੇ ਲਾਣਾ ਹੈਗਾ ਕਿੱਲਾ ਦੀ ਮਦਦ ਨਾਲ ਲਾਣਾ ਬਿਲਕੁਲ ਆਸਾਨ ਹੈ ਗਿਆ ਲਾਣ ਤੋਂ ਬਾਅਦ ਇਹਨੂੰ ਬੈਕ ਸਾਈਡ ਤੋਂ ਜਿਹੜੀ ਕਿੱਲ ਨਿਕਲਦੀ ਹੈ ਨਾ ਇਹਨੂੰ ਥੋੜਾ ਜਿਹਾ ਯਾਨਕਿ ਥੋੜੀ ਮਾਰ ਕੇ ਇਹਨੂੰ ਥੋੜੀ ਕਿੱਲਾਂ ਨੂੰ 빙ਾ ਕਰ ਲੈਣਾ ਉਸ ਤੋਂ ਬਾਅਦ ਐ ਮੈਂ ਦੋ ਡੰਡੇ ਲਿੱਤੇ ਨੇ ਸਾਰਿਆਂ ਦੇ ਦੋਨੇ ਡੰਡੇ ਜਿਹੜੇ ਹੈ ਨੇ ਤਕਰੀਬਨ 1.5 ਫੁੱਟ ਦੇ ਨੇ ਔਰ ਉਸ ਤੋਂ ਬਾਅਦ ਉੱਤੇ ਗੋਲ ਰਿੰਗ ਲਾਇਆ ਜੇ ਔਰ ਉਸ ਤੋਂ ਬਾਅਦ ਇਹ ਜਿਹੜੀ 골ਡਨ ਮੋਤੀਆਂ ਦੀ ਜਿਹੜੀ ਲੜੀਆਂ ਨੇ ਇਹ ਲਾਈਆਂ ਨੇ ਬੜੇ ਸੋਹਣੇ ਤਰੀਕੇ ਨਾਲ ਥੋੜੇ ਥੋੜੇ فاصل ਲੈਣਾ ਔਰ ਉਸ ਤੋਂ ਬਾਅਦ ਇਹ ਦੇਖੋ ਮੈਂ ਤੁਹਾਨੂੰ ਵਿਖਾ ਰਿਹਾਗਾ ਕਿੱਦਾਂ ਬਿਲਕੁਲ ਬਰਾਬਰ ਲੈਵਲ ਨਾਲ ਲਾਇਆਗਾ ਫਿਰ ਉਸ ਤੋਂ ਬਾਅਦ ਇਦੇ ਵਿੱਚ ਜਿਹੜਾ ਤੁਸੀਂ ਮੂੰਹ ਵੇਖਣ ਲਾ ਗੋਲ ਸ਼ੀਸ਼ਾ ਲਾਣਾ ਹੈ ਗੋਲ ਸ਼ੀਸ਼ਾ ਲਾਉਣ ਤੋਂ ਪਹਿਲੇ ਤੁਸੀਂ ਸਿਲੀਕੋਨ ਰਾਡ ਲਾ ਲੈਣਾ ਸਮੱਧ ਲਗਾ ਲੈਣਾ ਕੀਲੂ ਲਗਾ ਲੈਣਾ ਜਿਹੜੀ ਤੁਹਾਡੇ ਕਰਦੇ ਚ ਸ਼ੈਪਈ ਹੋਵੇ ਉਹ ਲਾ ਲੈਣਾ ਔਰ ਲਾਉਣ ਤੋਂ ਬਾਅਦ ਦੇਖੋ ਮੈਂ ਆਪਣੇ ਹੱਥ ਨਾਲ ਇਹਨੂੰ ਸ਼ੀਸ਼ੇ ਨੂੰ ਸਾਫ਼ ਕਰ ਰਿਹਾ ਔਰ ਉਸ ਤੋਂ ਬਾਅਦ ਇਹ ਜਿਹੜੇ ਗਨੇ ਪਿਆਲੀਆਂ ਬਣੀ ਹੋਈਆਂ ਨੇ ਮਿੱਟੀ ਦੀਆਂ ਇਹ ਪਿਆਲੀਆਂ ਨੂੰ ਇਹ ਲਾ ਲੈਣੀ ਹੈ ਲੈਸ ਸਸਲਾਨੀ ਲਾ ਲੈਣੀਆਂ ਇਹ ਲੈਸ ਸਲਾਨੀ ਬਿਲਕੁਲ ਸਾਰੀ ਗਿਆ ਕੈਂਚਨਾ ਕਾਟ ਕੇ ਫਿਰ ਦੂਸਰੀ ਫਿਰ ਤੀਸਰੀ ਫਿਰ ਚੌਥੀ ਚੌਥੀ ਕਹਤਾ ਤੇਨੀ ਨੇ ਐਵੇਂ ਚੌਥੀ ਮੈਂ ਕਹਤਾ ਚਲੋ ਖੈਰ ਤਿੰਨ ਜਿਹੜੀ ਪਿਆਲੀਆਂ ਨਾਲ ਆਪਾ ਉਹਦੇ ਉੱਤੇ ਇਹ ਜਿਹੜੀ ਅਗੀ ਗੋਟੇ ਦੀ ਲੈਸ ਲਾਣੀ ਹੈਗੀ ਆ ਲੈਸ ਲਾਣ ਤੋਂ ਬਾਅਦ ਤੁਸੀਂ ਮੇਰੀ ਵੀਡੀਓ ਸਕਿੱਪ ਨਾ ਕਰਨਾ ਮੇਰੀ ਵੀਡੀਓ ਪੂਰੀ ਵੇਖਣਾ ਤੁਹਾਨੂੰ ਮਜ਼ਾ ਨਾ ਆਵੇ ਫੇਰ ਗੱਲ ਕਰਨਾ ਮੇਰੇ ਨਾਲ ਔਰ ਤੁਸੀਂ ਕਮੈਂਟਸ 'ਚ ਮੈਨੂੰ ਦੱਸਣਾ ਹੈਗਾ ਮੈਂ ਕਿੱਥੋਂ ਗਲਤੀ ਕੀਤੀ ਹੈ ਕਿਤੋਂ ਨਹੀਂ ਗਲਤੀ ਕੀਤੀ ਤੁਹਾਨੂੰ ਕਿਦਾਂ ਦਾ ਆ ਮੇਰਾ ਡਿਜ਼ਾਈਨ ਲੱਗਿਆ ਇਹ ਵੇਖੋ ਤਿੰਨ ਵੱਡੀ ਪਿਆਲੀਆਂ ਤੇ ਚਾਰ ਛੋਟੇ ਚਰਾਗ ਐ ਮੈਂ ਲਾ ਲਏ ਨੇ ਔਰ ਥਾਲ ਦੀ ਲੁੱਕ ਮੈਨੂੰ ਬਹੁਤ ਹੀ ਸੋਹਣੀ ਲੱਗੀ ਜਿਵੇਂ ਜਿਵੇਂ ਮੇਰਾ ਦਿਲ ਕੀਤਾ ਮੈਂ ਆਪਣੇ ਮੈਂ ਐਡਜ਼ਨ ਜਿਹੜਾ ਮੈਂ ਕਾਪੀ ਨਹੀਂ ਕੀਤਾ ਐਡਜ਼ਨ ਮੈਂ ਆਪਣੀ ਤਰਫਾ ਬਣਾਇਆ ਅੱਛਾ ਉਸ ਤੋਂ ਬਾਅਦ ਇਹ ਜਿਹੜੇ orange ਕਲਰ ਦੇ ਜਿਹੜੇ ਫੁੱਲ ਨੇ ਇਹ ਫੁੱਲ ਤੁਸੀਂ ਗੀਲੂਗਨ ਦੇ ਮਦਦ ਨਾਲ ਤੁਸੀਂ ਇਹ ਫੁੱਲ ਲਾਣੇ ਨੇ ਤਕਰੀਬਨ 1 1 ਇੰਚ ਦਾ ਫਾਸਲਾ ਰੱਖਣਾ ਹੈਗਾ ਇਹ ਜਿਹੜਾ ਗੋਲ ਰਿੰਗ ਹੈ ਨਾ ਗੋਲ ਰਿੰਗ ਜਿਹੜਾ ਫਰੰਟ ਬੰਦ ਹੈਗਾ ਫਰੰਟ ਦੇ ਉੱਤੇ ਤੁਸੀਂ ਦੋ ਦੋ ਚਾਰ ਪੰਜ ਫੁੱਲ ਲਾਨੇ ਨੇ ਔਰ ਉਸ ਤੋਂ ਬਾਅਦ ਐ ਸਾਈਡ ਤੇ ਜਿਹੜੀ ਸਟਿੱਕ ਗਈ ਹੈ ਰਾਈਟ ਸਾਈਡ ਤੇ ਐਵਲੀ ਇੱਕ ਦੀ ਲਾਈਨ ਦੇ ਵਿੱਚ ਮੈਂ ਲਾਏ ਨੇ ਪੰਜ ਫੁੱਲ ਇਕ ਲਾਈਨ 'ਚ ਤੁਸੀਂ ਗਲਿਕ ਲਾਈਨ 'ਚ ਔਰ ਪੰਜ ਫੁੱਲ ਪੱਲੀ ਸਾਈਡ 'ਤੇ ਲਾਏ ਨੇ ਕਿਉਂਕਿ ਇਹ ਸਟਿੱਕ ਚੌੜੀ ਸੀ ਨਾ ਪੱਲੀ ਸਾਈਡ 'ਤੇ ਲਾਏ ਨੇ orange ਕਲਰ ਦੇ ਫੁੱਲ ਇਹ ਫੁੱਲ ਬੜੀ ਜ਼ਬਰਦਸਤ ਫੁੱਲ ਨੇ ਔਰ ਜਿਹੜਾ ਥਾਲ ਦੇ ਉੱਤੇ ਮੈਂ ਸਾਈਡ ਤੇ ਜਿਹੜੀ ਲੈਸ ਲਾਈ ਸੀ ਇਹਦੇ ਉੱਤੇ ਵੀ ਮੈਂ ਇਹ ਲਾਤੇ ਜਿਸ ਦੀ ਵਜ੍ਹਾ ਨਾਲ ਥਾਲ ਦੀ ਹੋਰ ਵੀ ਖੂਬਸੂਰਤੀ ਵਧ ਗਈ ਹੈ। ਅੱਛਾ ਉਸ ਤੋਂ ਬਾਅਦ ਇਹਦੀ ਬੈਕ ਸਾਈਡ ਤੇ ਮੈਂ ਲਾਈ ਨਹੀਂ ਬੈਕ ਸਾਈਡ ਤੇ ਮੇਰੀ ਮੋਤੀਆਂ ਦੀ ਲੜੀ ਲੱਗੀ ਹੋਈ ਸੀ ਮੈਨੇ ਕਿਹਾ ਮੈਂ ਕਿਹਾ ਕੀ ਕਰਨ ਲਾ ਕੇ ਫਜ਼ੂਲ ਫਿਰ ਉਸ ਤੋਂ ਬਾਅਦ ਇਹ ਜਿਹੜੀ ਰਾਈਟ ਸਾਈਡ ਤੇ ਜਿਹੜੀ ਸਾਡੀ ਸਟਿਕ ਸੀ ਨਾ ਅਰੇ ਗਈ ਸੀ। ਫਿਰ ਮੈਂ ਰਾਈਟ ਸਾਈਡ ਦੀ ਜਿਹੜੀ ਸਟਿਕ ਸੀ ਉਹਦੇ ਵਿੱਚ ਪੰਜ ਫੁੱਲ ਮੈਂ ਫਰੰਟ ਤੇ ਲਾਏ ਨੇ, ਪੰਜ ਫੁੱਲ ਮੈਂ ਸਾਈਡ ਤੇ ਲਾਏ ਨੇ। ਐ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਪੋਲ ਦੇ ਨਾਲ ਪੋਲੇ ਜੁੜਿਆ ਜੇ ਪੋਲ ਦੇ ਨਾਲ ਪੋਲ ਜੁੜਿਆ ਔਰ ਬਹੁਤ ਹੀ ਸੋਨਾ ਲੱਗ ਰਿਹਾ ਸੀ ਗਾਇਜ਼ ਮੈਂ ਤੁਹਾਨੂੰ ਫੇਰ ਦੱਸ ਰਿਹਾ ਮੇਰੀ ਇਹ ਪੂਰੀ ਵੀਡੀਓ ਦੇਖਿਓ ਸਕਿੱਪ ਨਾ ਕਰਨਾ ਤੁਹਾਨੂੰ ਅੱਜ ਬਹੁਤ ਹੀ ਜ਼ਬਰਦਸ ਥਾਲ ਬਣਾਣਾ ਸਿਖਾਵਾਂਗਾ ਤੁਸੀਂ ਇਹਨੂੰ ਬਣਾ ਕੇ ਮਾਰਕੀਟ 'ਚ 4000 ਦਾ 5000 ਰੁਪਏ ਦਾ 10000 ਰੁਪਏ ਦਾ ਆਰਾਮ ਨਾਲ ਤੁਸੀਂ ਸੇਲ ਕਰ ਸਕਦੇ ਹੋ ਔਰ ਇਹ ਜਿਹੜਾ ਡਿਜ਼ਾਈਨ ਹੈਗਾ ਸਭ ਤੋਂ منفਰਦ ਹੈ ਔਰ ਇਹ ਦੇਖੋ ਪੁੱਲ ਮੇਰੇ ਮੈਂ ਲਾ ਲੇ ਸੀ ਮੁਕੰਮਲ ਹੋ ਗਏ ਸੀ ਮੇਰੇ ਪੁੱਲ ਸਾਰੇ ਫਿਰ ਉਸ ਤੋਂ ਬਾਅਦ ਮੈਂ ਸ਼ੀਸ਼ਾ ਲਾਇਆ ਸ਼ੀਸ਼ਾ ਸੀ ਮੇਰਾ ਤਕਰੀਬਨ 1/2 ਇੰਚ ਦਾ ਸ਼ੀਸ਼ਾ ਸੀ ਗੋਲ ਸ਼ੀਸ਼ਾ ਗੋਲ ਸ਼ੀਸ਼ਾ ਲਗਾਉਣ ਨਾਲ ਜਿੱਦਾਂ ਹੀ ਲਾਈਟ ਚੱਲਦੀ ਆ ਜਾਂ ਫਿਰ ਕੋਈ ਰੋਸ਼ਨੀ ਚੱਲਦੀ ਆ ਚਿਰਾਗ ਦੀਆ ਦੀਆ ਜਲੇਗਾ ਤੇ ਜਿਹੜਾ ਹੈਗਾ ਸ਼ੀਸ਼ਾ ਸ਼ੀਸ਼ੇ ਦੀ ਜਿਹੜੀ ਖੂਬਸੂਰਤੀ ਆ ਸ਼ੀਸ਼ਾ ਔਰ ਵੀ ਖੂਬਸੂਰਤੀ ਵਧਾ ਦਿੰਦਾ ਇਹਦੇ ਥਾਲ ਦੇ ਠੀਕ ਹੋ ਗਿਆ ਇਹ ਜਿਹੜਾ 1/2 ਇੰਚ ਦਾ ਗੋਲ ਸ਼ੀਸ਼ਾ ਹੈ ਇਹ ਲੈਫਟ ਰਾਈਟ ਜਿਹੜੀ ਸਟਿਕਾਂ ਦੀ ਦੋਨੇ ਸਟਿਕਾਂ ਉਹਨਾਂ ਦੀ ਦੋਨੇ ਸਾਈਡਾਂ ਤੇ ਮੈਂ ਇਹਨਾਂ ਨੂੰ ਗਿੱਲੂ ਗੰਦੇ ਦੀ ਮਦਦ ਨਾਲ ਮੈਂ ਇਹਨੂੰ ਆਸਾਨੀ ਨਾਲ ਲਾ ਲਿਆ ਔਰ ਥੋੜਾ ਜਿਹਾ ਮੁਸ਼ਕਲ ਵੀ ਸੀ ਬਹਰ ਮੈਂ ਲਗਾ ਲਿਆ ਬਹੁਤ ਹੀ ਜ਼ਬਰਦਸਤ ਬਣਿਆ ਫਿਰ ਉਸ ਤੋਂ ਬਾਅਦ ਜਿਹੜਾ ਰੈੱਡ ਕਲਰ ਦੇ ਜਿਹੜੀ ਆਪਣੀ ਪੱਟੀ ਨਜ਼ਰ ਆ ਰਹੀ ਸੀ ਵੈਲਵਟ ਦੀ ਇਹਦੇ ਉੱਤੇ ਵੀ ਮੈਂ ਫਿਰ ਸ਼ੀਸ਼ੇ ਲਾਏ ਸ਼ੀਸ਼ੇ ਦਾ ਜਿਹੜਾ ਫਾਸਲਾ ਗਾ तकरीबन 4 ਇੰਚ ਦਾ ਫਾਸਾ ਮੈਂ ਰੱਖਿਆ ਔਰ ਦੇਖੋ ਕਿੰਨਾ ਸੋਨਾ ਬਣਿਆ ਇਹ ਜਿਹੜੀ ਸਾਈਡਾਂ ਤੇ ਜਿਹੜੀ ਸਟਿੱਕਾਂ ਲਾਈਆਂ ਨੇ ਇਸੇ ਦੇਖੋ ਮੈਂ orange color اور light peach color ਦਾ ਮੈਂ ਫੁੱਲ ਲਾਇਆ ਦੇਖੋ ਇਹਦੀ ਖੂਬਸੂਰਤੀ ਚੈੱਕ ਕਰੋ ਤੁਸੀਂ اور ਜਿਹੜਾ ਮੈਂ ਚਿਰਾਗ ਸੀ ਚਿਰਾਗ ਦੇ ਅੰਦਰ ਹੀ ਮੈਂ ਸ਼ੀਸ਼ੇ ਰੱਖੇ ਨੇ ਛੋਟੇ ਛੋਟੇ اور ਵੀਵਰਸ ਬਹੁਤ ਹੀ ਜ਼ਬਰਦਸਤ ਬਨਿਆ ਮੈਂ ਨਹੀਂ ਦਾਥਲ ਅੱਜ ਮੈਂ ਤੁਹਾਡੇ ਨਾਲ ਪੰਜਾਬੀ ਵਿੱਚ ਗੱਲ ਕਰ ਰਿਹਾ ਹਾਂ ਪੰਜਾਬੀ ਦੇ ਵਿੱਚ ਮੇਰੀ ਸਾਰੀ ਵੀਡੀਓ ਬਣੀ ਹੈ ਮੇਰਾ ਜਿਹੜਾ ਮਾਈਂਡ ਸੀ ਉਰਦੂ ਵਿੱਚ ਬੋਲਦਾ ਸੀ ਮਗਰ ਨਹੀਂ ਮੈਂ ਕਿਹਾ ਅੱਜ ਤੁਹਾਨੂੰ ਮੈਂ ਪੰਜਾਬੀ ਵਿੱਚ ਬੋਲ ਕੇ ਦੱਸਾਂ ਮੈਨੂੰ ਪੰਜਾਬੀ ਬੜੀ ਸੋਹਣੀ ਆਂਦੀ ਹੈ ਮੈਨੂੰ ਕਮੈਂਟਸ ਵਿੱਚ ਦੱਸੋ ਮੇਰੀ ਪੰਜਾਬੀ ਤੁਹਾਨੂੰ ਕਿਦਾਂ ਦੀ ਲੱਗੀ ਔਰ ਮੇਰਾ ਥਾਲ ਤੁਹਾਨੂੰ ਕਿਦਾਂ ਦਾ ਲੱਗਿਆ